ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਗੁਰੂ ਸੰਗਤਾਂ ਨੂੰ ਬੇਨਤੀ ਕਰਾਂ ਕਿ ਦਰਬਾਰ ਸੰਪਰਦਾਇ ਲੋਪੋ ਸਾਹਿਬ ਵੱਲੋਂ ਜੋ ਸੰਤ ਦਰਬਾਰਾ ਸਿੰਘ ਲੋਪੋ ਗ੍ਰੀਨ ਐਂਡ ਕਲੀਨ ਵੈਲਫੇਅਰ ਸੁਸਾਇਟੀ ਦੇ ਨਾਲ ਪਿੰਡ ਦਾ ਮੂੰਹ ਮਹਾਂਦਰਾ ਬਦਲਣ ਲਈ, ਨਗਰ ਨੂੰ ਸੁੰਦਰ ਬਣਾਉਣ ਲਈ ਇੱਕ ਵੱਡੀ ਮੁਹਿੰਮ ਵਿੱਢੀ ਗਈ ਹੈ। ਅਤੇ ਅੱਜ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਸਰਕਾਰ ਵੱਲੋਂ ਵੀ ਵਾਤਾਵਰਨ ਨੂੰ ਸੰਬੰਧਿਤ ਔਰ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੁੰਦਿਆਂ ਇਹ ਬੂਟੇ ਲਾਏ ਜਾ ਰਹੇ ਹੈ। ਸਰਕਾਰ ਦੀ ਸਕੀਮ ਹੈ ਵੀ ਹਰ ਪਿੰਡ ਵਿੱਚ 550 ਬੂਟਾ ਲਾਇਆ ਜਾਵੇ। ਉਹਦੇ ਵਿੱਚ ਦਰਬਾਰ ਸੰਪਰਦਾਇ ਲੋਪੋ ਸਾਹਿਬ ਵੱਲੋਂ ਵੀ ਇਹ ਬੇਨਤੀ ਹੈ ਬਈ ਜਿੱਥੇ ਆਪਾਂ ਸਰਕਾਰਾਂ ਸਾਡੀ ਮਦਦ ਕਰਦੇ ਹਾਂ ਉੱਥੇ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ। ਜਿਵੇਂ ਅਸੀਂ ਦਰਬਾਰ ਸੰਪਰਦਾਇ ਲੋਪੋ ਵੱਲੋਂ ਸੰਤ ਜੋਰਾ ਸਿੰਘ ਲੋਪੋ ਚੈਰੀਟੇਬਲ ਟਰੱਸਟ ਵਾਤਾਵਰਨ ਸੰਭਾਲ ਸੁਸਾਇਟੀ ਦੇ ਅਧੀਨ 3 ਦਰਖਤ ਲਾਉਣੇ ਆ, ਜਿਹਦਾ ਤਰਵੈਣੀ ਕਹਿੰਦੇ ਹਾਂ, ਬੋਰਡ ਪਿੱਪਲ ਨਿੰਮ, ਉਹਦੇ ਨਾਲ ਬੇਨਤੀ ਕਰਦੇ ਹਾਂ ਵੀ ਔਲੇ ਅਮਰੂਦ ਕਿੰਨੂ ਔਰ ਜਾਮਣਾ ਇਤ ਆਦਿ ਇਹੋ ਜਿਹੇ ਬੂਟੇ ਅਸੀਂ ਖੇਤਾਂ 'ਚ ਲਾਈਏ। ਹਰ ਜ਼ਿਮੀਂਦਾਰ ਆਪਣੇ ਖੇਤ 'ਚ 5 ਬੂਟੇ ਜ਼ਰੂਰ ਲਾਵੇ ਤਾਂ ਕਿ ਨਾਲੇ ਤਾਂ ਸਾਨੂੰ ਫਲ ਮਿਲੇ ਖਾਣ ਨੂੰ, ਨਾਲ ਸਾਡੀ ਸਿਹਤ ਤੰਦਰੁਸਤੀ ਰਹੇ, ਨਾਲੇ ਵਾਤਾਵਰਨ ਦੀ ਸ਼ੁੱਧੀ ਹੋਵੇ, ਨਾਲੇ ਕੁਦਰਤ ਦਾ ਜਿਹੜਾ ਵਾਤਾਵਰਨ ਵਾਹਿਗੁਰੂ ਨੇ ਸਾਨੂੰ ਪੌਣ ਪਾਣੀ ਧਰਤੀ ਇਹ 3 ਚੀਜ਼ਾਂ ਸਾਡੇ ਲਈ ਸਮਰੱਥ ਨੇ। ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਦਾ ਫਰਮਾਨ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਇਹ 3 ਚੀਜ਼ਾਂ ਦਾ ਸਾਡਾ ਜੀਵਨ ਦਾ ਪ੍ਰਮੁੱਖ ਖੇਡ ਚੱਲਦੀ ਹੈ। ਇਸ ਲਈ ਇਹਨੂੰ ਸ਼ੁੱਧ ਕਰਨ ਲਈ, ਹਵਾ ਨੂੰ ਸ਼ੁੱਧ ਕਰਨ ਲਈ, ਧਰਤੀ ਨੂੰ ਸਾਫ਼ ਸੁਥਰੀ ਰੱਖਣ ਲਈ, ਪਾਣੀ ਦੀ ਸ਼ੁੱਧਤਾ ਲਈ ਔਰ ਪਾਣੀ ਬਚਾਉਣ ਵਾਸਤੇ, ਕਿਉਂਕਿ ਪਾਣੀ ਬਚਾਉਣਾ ਵੀ ਜ਼ਰੂਰੀ ਹੈ। ਅੱਜ ਸਾਰਾ ਸਮਾਜ, ਜਿਹੜੇ ਵਿਗਿਆਨੀ ਲੋਕ ਨੇ, ਜਿਹੜੇ ਚੰਗੀ ਉੱਚੀ ਸੋਚ ਵਾਲੇ ਲੋਕ ਨੇ, ਪੜ੍ਹੇ ਲਿਖੇ ਵਰਗ ਆ, ਸਾਧੂ ਸੰਤ ਮਹਾਤਮਾ ਨੇ, ਉਹ ਸਾਰੇ ਚਿੰਤਤ ਹੈ। ਕਿਉਂਕਿ ਵੀ ਜਿਹੜਾ ਸਾਡਾ ਪਾਣੀ ਥੱਲੇ ਨੂੰ ਜਾ ਰਿਹਾ, ਅਸੀਂ ਪਾਣੀ ਨੂੰ ਉੱਪਰ ਲੈ ਕੇ ਆਈਏ, ਉਹਦਾ ਸਾਧਨ ਆਹ ਹੀ ਹੈ ਦਰਖਤ। ਵੱਧ ਤੋਂ ਵੱਧ ਦਰਖਤ ਲਾ ਲਈਏ, ਵੱਧ ਤੋਂ ਵੱਧ ਪੰਡਾਂ ਦੀ ਸਫਾਈ ਕਰ ਲਈਏ, ਛੱਪੜਾਂ ਨੂੰ ਸੋਹਣਾ ਬਣਾ ਲਈਏ ਔਰ ਜਿਹੜਾ ਪਾਣੀ ਹੈ ਇਹਨੂੰ ਬਚਾਈਏ। ਕੋਸ਼ਿਸ਼ ਕਰੀਏ ਵੀ ਆਪਣਾ ਇੱਕ ਟੂਟੀ ਦੇ ਵਿੱਚੋਂ ਤੌਂਕਾ ਵੀ ਪਾਣੀ ਦਾ ਨਾ ਡਿੱਗੇ, ਤਾਂ ਕਿ ਅਸੀਂ ਆਪਣੇ ਆਉਣ ਵਾਲੇ ਸਮਾਜ ਨੂੰ, ਆਪਣੀ ਨਿਊ ਜਨਰੇਸ਼ਨ, ਜਿਹੜੇ ਸਾਡੇ ਧੀਆਂ ਪੁੱਤਾਂ ਨੇ ਆਉਣਾ ਵਾ, ਵੱਡੇ ਹੋਣਾ, ਉਹਨਾਂ ਲਈ ਅਸੀਂ ਖੁਸ਼ਹਾਲ ਔਰ ਚੜ੍ਹਦੀ ਕਲਾ ਵਾਲਾ, ਜਿਵੇਂ ਸੋਨੇ ਦੀ ਚਿੜੀ ਸੀ ਪੰਜਾਬ, ਇਹਨੂੰ ਅਸੀਂ ਉਸ ਰੂਪ ਵਿੱਚ ਲੈ ਕੇ ਆਈਏ, ਸਾਨੂੰ ਤਹੱਈਆ ਕਰਨਾ ਚਾਹੀਦਾ ਵਾ। ਮੈਂ ਧੰਨਵਾਦ ਵੀ ਕਰਦਾ ਇਹ ਜਿਹੜੇ ਡਿਊਟੀ ਲੱਗੀ ਆ ਮਹਿਕਮੇ ਹੁੰਦੇ ਆ, ਉਹਨਾਂ ਵੱਲੋਂ ਅੱਜ ਸਰਕਾਰੀ ਹਸਪਤਾਲ ਲੋਪੋ ਉੱਥੇ ਇਹ ਬੂਟੇ ਲਾਏ ਜਾ ਰਹੇ ਆ। ਅਤੇ ਨਾਲ ਮੈਨੂੰ ਖੁਸ਼ੀ ਹੈ ਵੀ ਜਦੋਂ ਕੋਈ ਆਪਾਂ ਵਧੀਆ ਕੰਮ ਕਰਦੇ ਹਾਂ, ਉਸ ਕੰਮ ਦੇ ਵਿੱਚ ਸਰਕਾਰਾਂ ਸਹਿਯੋਗ ਦਿੰਦੀਆਂ, ਹੌਸਲੇ ਬੁਲੰਦ ਹੁੰਦੇ ਨੇ। ਅੱਜ ਦਾਸ ਦਾ ਜਨਮ ਦਿਨ ਵੀ ਹੈ, ਅਸੀਂ ਖੂਨਦਾਨ ਕੈਂਪ ਵੀ ਲਾ ਰਹੇ ਸੀ ਇਹਨੂੰ ਸਮਰਪਿਤ ਹੋ ਕੇ। ਅੱਜ ਉਹਦੇ ਨਾਲ ਦੀ ਨਾਲ ਹੀ ਸਾਨੂੰ ਆਹ ਵਾਤਾਵਰਨ ਵਾਸਤੇ, ਆਹ ਵੇਖੋ ਬੈਨਰ ਲੱਗਿਆ ਹੋਇਆ, ਇਹਦੇ 'ਤੇ ਸਾਰਾ ਲਿਖਿਆ ਗਿਆ ਵੀ ਸਰਕਾਰ ਨੇ ਕਿਵੇਂ ਸਕੀਮ ਚਲਾਈ ਹੈ। ਇਹ ਸਕੀਮ ਦੇ ਵਿੱਚ ਵੀ ਆਪਾਂ ਸ਼ਾਮਿਲ ਹੋਈਏ, ਸਰਕਾਰ ਤੋਂ ਵੀ ਸਹਾਇਤਾ ਲਈ ਹੈ, ਪਰ ਆਪਾਂ ਵੀ ਸਮਰੱਥ ਹਾਂ, ਆਪਣੇ 'ਤੇ ਵੀ ਗੁਰੂ ਦੀ ਕਿਰਪਾ। 5-7 ਬੂਟੇ ਪੰਜਾਬ ਦੇ ਜ਼ਿਮੀਂਦਾਰ ਲਈ ਕੋਈ ਵੱਡੀ ਗੱਲ ਨਹੀਂ, ਪਰ ਜੇ ਇੱਕ ਜ਼ਿਮੀਂਦਾਰ ਆਪਦੇ ਖੇਤ ਦੇ ਵਿੱਚ ਔਲੇ ਲਾ ਲਵੇ, ਅਮਰੂਦ ਲਾ ਲਵੇ, ਕਿੰਨੂ ਲਾ ਲਵੇ, ਨਿੰਬੂ ਲਾ ਲਵੇ, ਜਾਮਣ ਲਾ ਲਵੇ, ਨਾਲੇ ਤਾਂ ਇਹ ਦਰਖਤ ਜਿੰਨੇ ਹੈਗੇ ਵਾਤਾਵਰਨ ਨੂੰ ਸ਼ੁੱਧ ਕਰਨਗੇ, ਨਾਲੇ ਸਾਨੂੰ ਖਾਣ ਪੀਣ ਲਈ ਫਲ ਮਿਲੂਗਾ। ਸਾਰਿਆਂ ਤੋਂ ਵੱਡੀ ਸੁੰਦਰਤਾ ਹੀ ਕੁਦਰਤੀ ਹੈ, ਕਿਉਂਕਿ ਜਦੋਂ ਕੁਦਰਤ ਦੇ ਸਿਸਟਮ ਨੂੰ ਸਾਂਭ ਲਈਏ, ਗੁਰੂ ਬਾਣੀ ਕਹਿੰਦੇ ਨਾ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਗਿਆ। ਬਲਿਹਾਰ ਜਾਵਾਂ ਮਾਲਕ ਦੇ, ਜਿਹੜਾ ਵੇਖੋ ਸਾਰੇ ਰੰਗ ਢੰਗ ਦੇਖੋ, ਕੁਦਰਤੀ ਅਲੌਕਿਕ ਨਜ਼ਾਰੇ ਨੇ। ਅੱਜ ਆਪਾਂ ਵੇਖੋ ਸ਼ੁਰੂ ਹੀ ਕਰੀਏ, ਹਜੇ ਬੂਟੇ ਰੱਖੇ ਅਤੇ ਨਾਲ ਦੀ ਨਾਲ ਮਿਹਰਬਾਨ ਦਾਤਾ ਵੀ ਹੋ ਗਿਆ, ਕਿਣ ਮਿਣ ਵੀ ਕਰਤੀ ਉਹਨੇ, ਅਤੇ ਸ਼ਾਂਤੀ ਹੋ ਗਈ ਹੈ। ਚਿੜੀਆਂ ਜਨੌਰ ਦਰਖਤ ਵੇਖੋ ਸਾਰੇ ਅੱਜ ਟਹਿ ਟਹਿ ਕਰ ਰਹੇ ਆ, ਆਹੀ ਕੁਦਰਤ ਆ ਨਾ। ਜੇ ਆਪਾਂ ਕੁਦਰਤ ਦੇ ਕਾਦਰ ਨਾਲ ਜੁੜਨਾ ਤਾਂ ਕੁਦਰਤ ਨਾਲ ਵੀ ਜੁੜਨਾ ਜ਼ਰੂਰੀ ਹੈ। ਸੋ ਮੇਰੀ ਬੇਨਤੀ ਹੈ, ਮੈਂ ਧੰਨਵਾਦੀ ਹਾਂ, ਮੇਰੇ ਨਾਲ ਸਾਰੇ ਲੋਕੋ ਨਗਰ ਦੇ ਪ੍ਰਮੁੱਖ ਸੱਜਣ ਖੜ੍ਹੇ ਨੇ, ਸਰਕਾਰੀ ਤੌਰ 'ਤੇ ਅਦਾਰਿਆਂ ਤੋਂ ਆਏ ਹੋਏ ਮੁਖੀ ਖੜ੍ਹੇ ਨੇ, ਸਾਰਿਆਂ ਦੀ ਇਹ ਡਿਊਟੀ ਹੈ। ਬਹੁਤ ਮੈਂ ਧੰਨਵਾਦੀ ਹਾਂ ਸਾਰਿਆਂ ਦਾ ਤਹਿ ਦਿਲੋਂ, ਔਰ ਗੁਰੂ ਜੀ ਕਿਰਪਾ ਕਰਨ ਅਸੀਂ ਰਲ ਮਿਲ ਕੇ ਆਪਣੇ ਨਗਰ ਨੂੰ, ਆਪਣੇ ਪੰਜਾਬ, ਸਾਡਾ ਸਾਰਾ ਹੀ ਨਗਰ ਹੈ, ਪੂਰਾ ਦੇਸ਼ ਹੀ ਸਾਡਾ ਪਿੰਡ ਹੈ, ਪੂਰੀ ਦੁਨੀਆ ਹੀ ਸਾਡਾ ਪਿੰਡ ਹੈ, ਜੇ ਮਹਾਰਾਜ ਗੁਰੂ ਨਾਨਕ ਦੇ
ਹੁਕਮ ਅਨੁਸਾਰ ਚੱਲਾਂਗੇ ਤਾਂ ਸਾਰਾ ਸੰਸਾਰ ਏਕ ਪਿਤਾ ਏਕ ਸਕੇਹਾਂ ਬਾਰ ਸਾਰੀ ਦੁਨੀਆ ਰੰਗ ਨਸਲ ਬੋਲੀ ਭਾਸ਼ਾਵਾਂ ਦਾ ਅੰਤਰ ਹੈ ਪਰ ਅਸੀਂ ਸਾਰੇ ਇੱਕੋ ਹੀ ਮਾਲਕ ਪਰਮ ਪਿਤਾ ਪਰਮੇਸ਼ਰ ਦੇ ਧੀਆਂ ਪੁੱਤ ਹੈ ਸੋ ਰਲ ਮਿਲ ਕੇ ਆਓ ਆਪਣੇ ਨਗਰ ਨੂੰ ਆਪਣੇ ਇਲਾਕੇ ਨੂੰ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਸੁੰਦਰ ਬਣਾਉਣ ਲਈ ਹਰ ਮਨੁੱਖ ਤਹੱਈਆ ਕਰੋ ਨਿਹਚਾ ਕਰੋ ਕਮ ਸੇ ਕਮ ਪੰਜ ਬੂਟੇ ਕਿਉਂਕਿ ਗੁਰੂ ਨਾਨਕ ਦੇ ਨਾਂ 'ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਅਵਤਾਰ ਪੁਰਬ ਆ ਰਿਹਾ ਹਰ ਪਿੰਡ 550 ਬੂਟੇ ਸਰਕਾਰ ਕਹਿ ਰਹੀ ਹੈ ਮੈਂ ਤਾਂ ਇਹ ਕਹੂੰਗਾ 5500 ਬੂਟਾ ਲਾਓ ਤਾਂ ਕਿ ਜਾਦਾਂ ਨੇ ਗੁਰੂਆਂ ਨੇ ਸਾਨੂੰ ਬੜੀਆਂ ਬਖਸ਼ਿਸ਼ਾਂ ਕਰੀਆਂ ਗੁਰੂਆਂ ਦੀਆਂ ਦਾਤਾਂ ਦਾ ਅੰਤ ਕੋਈ ਨਹੀਂ ਸੋ ਮੇਰੀ ਫਿਰ ਹੱਥ ਬੰਨ੍ਹ ਕੇ ਬੇਨਤੀ ਹੈ ਆਓ ਇਸ ਮੁਹਿੰਮ ਦੇ ਵਿੱਚ ਦਰਬਾਰ ਸੰਪਰਦਾਇ ਲੋਪੋ ਵੱਲੋਂ ਜੋ ਤ੍ਰਿਵੈਣੀ ਵਾਤਾਵਰਨ ਸੰਭਾਲ ਸੁਸਾਇਟੀ ਉਸ ਮੁਹਿੰਮ ਦੇ ਵਿੱਚ ਅਤੇ ਆਪਾਂ ਸਾਰੇ ਰਲ ਮਿਲ ਕੇ ਗ੍ਰਾਮ ਪੰਚਾਇਤਾਂ ਔਰ ਮੋਹਤਵਰ ਸੱਜਣ ਵੱਖ ਵੱਖ ਸਭਾ ਸੁਸਾਇਟੀਆਂ ਜਿੰਨੀਆਂ ਕਲੱਬਾਂ ਨੇ ਸਾਰੇ ਆਓ ਇਕੱਠੇ ਹੋਵੋ ਇੱਕ ਮਾਲਾ ਦੇ ਵਿੱਚ ਆਪਾਂ ਪਰੋਏ ਜਾਈਏ ਅਤੇ ਉਹ ਮਾਲਾ ਸਾਡੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਸਾਡੀ ਭਾਵਨਾ ਸਾਡੀ ਸ਼ਰਧਾ ਸਾਡਾ ਪ੍ਰੇਮ ਸਮਰਪਿਤ ਹੋਵੇ ਅਤੇ ਦਰਬਾਰ ਸੰਪਰਦਾਇ ਸੰਤ ਆਸ਼ਰਮ ਲੋਪੋ ਸਾਹਿਬ ਵੱਲੋਂ ਅਸੀਂ ਆ ਸ਼ੁਰੂਆਤ ਕਰਨ ਲੱਗੇ ਹਾਂ ਅਤੇ ਖੁਸ਼ੀਆਂ ਦਿਓ ਗੁਰੂ ਚੜ੍ਹਦੀ ਕਲਾ ਬਖਸ਼ੇ ਸਾਰਾ ਪੰਜਾਬ ਹਰਿਆ ਭਰਿਆ ਹੋਵੇ ਪੰਜਾਬ ਚੜ੍ਹਦੀ ਕਲਾ ਵਿੱਚ ਰਹੇ ਪੰਜਾਬ ਖੁਸ਼ੀਆਂ ਮਾਣੇ ਪੰਜਾਬ ਤਰੱਕੀਆਂ ਕਰੇ ਪੰਜਾਬ ਦੇ ਲੋਕ ਤੰਦਰੁਸਤ ਰਹਿਣ ਪੰਜਾਬ ਦੇ ਲੋਕ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਪੰਜਾਬ ਦੇ ਨਹੀਂ ਸਾਰੀ ਦੁਨੀਆ ਦੇ ਲੋਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ਰਨ 'ਚ ਆ ਜਾਣ ਸਾਰੀ ਕਾਇਨਾਤ ਸਾਰਾ ਸੰਸਾਰ ਆਓ ਰਲ ਕੇ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਸ਼ਰਧਾ ਪ੍ਰੇਮ ਸਤਿਕਾਰ ਨਾਲ ਮਨਾਈਏ ਅਤੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਜਕਾਰਾ ਗੁਰੂ ਦੇ ਨਾਂ ਦਾ ਬੋਲੇ ਸੋ ਨਿਹਾਲ।